केंद्र है, आर्टिकल 14 संविधान के अगे सारे बराबर है। जे बराबर है मैं इंडिया तो मांग करता, जे तुसी हिंदुआं दा रंग भगवान नोट के उत्ते चाड़ दो मैं फतवा तो उठों लेना है, एस की बारी हा पक्की दे दो। मैं मांग करता दूजा नोट नीले रंग का करो तुसी तैयार, जे तुसी इस गल नूं मानने हो ते दोनों हाथ खड़े कर दियो। लो जी सारी कौम कहती है कि जे हिंदुआं दे रंग दे विच नोट नूं भगवा रंग करता है, सिख कौम कहती है कि हुण नीला रंग इहनूं चाढ़े रवे। ये सारिया गल्लां पार्लियामेंट दे विच करन वाली है, पर क्यों करके असी अपने नुमाइंदियां नूं फिट नहीं समझदे। बादल साहब, सुखबीर सिंह, हरसिमरत कौर बीबी, कैप्टन अमरिंदर सिंह, एह जे बंदियां नूं जिन्हां ने सिखां दी गल नहीं करनी, एसजीपीसी दीआं चोणां तां ही नहीं होणियां। क्यों करते अमरिंदर सिंह ते बादल दे हथ दे विच एसजीपीसी दा कंट्रोल है। फतेहगढ़ साहब दे मेले दे उत्ते ਸਾਬਕਾ ਜਥੇਦਾਰ ਗੁਰਬਚਨ ਸਿੰਘ ਅਕਾਲ ਤਖ਼ਤ ਦਾ ਕਹਿੰਦਾ ਫਤਿਹਗੜ੍ਹ ਸਾਹਿਬ ਦੇ ਮੇਲੇ ਦੇ ਉੱਤੇ ਕੋਈ ਸਿਆਸੀ ਮੀਟਿੰਗ ਨਹੀਂ ਹੋਊਗੀ। ਉਸ ਤੋਂ ਬਾਅਦ ਬਾਦਲ ਨੇ ਉਹਨੂੰ ਮਰੋੜਤਾ, ਮੁਕਤਸਰ ਦੇ ਮੇਲੇ ਤੇ ਕਹਿੰਦਾ ਹੋ ਸਕਦੀ ਹੈ। ਹੁਣ ਸਾਧ ਸੰਗਤ ਜੀ ਇਹੋ ਜਿਹੇ ਬੰਦਿਆਂ ਤੋਂ ਕੀ ਲੈਣਾ ਤੁਸੀਂ? ਹੁਣ ਆਪਾਂ ਐਸ ਸੀ ਪੀ ਸੀ ਦੇ ਇਲੈਕਸ਼ਨ ਕਰਾਈਏ, ਤਕੜੇ ਹੋ ਕੇ ਆਪਣੀ ਪਾਰਲੀਮੈਂਟ ਆਪਣੇ ਹੱਥ ਦੇ ਵਿੱਚ ਲਈਏ, ਤੇ ਜਿਹੜੇ ਮੇਰੇ ਵੀਰ ਜਿਨ੍ਹਾਂ ਨੇ ਬਦਾਵੇ ਪਾਲਤੇ ਆ ਪੰਥਕ ਕਮੇਟੀ ਵਾਲਿਆਂ ਨੇ, ਜਿਹੜੇ ਸਾਡੇ ਨਾਲ ਲੱਗੇ ਸੀਗੇ ਸਰਬੱਤ ਖਾਲਸਾ ਪ੍ਰਾਜ ਦੇਰ ਹਿੰਦ ਹਕੂਮਤ ਦੇ ਨਾਲ ਰਾ ਕੇ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਤੋਂ ਵੀ ਬਦਾਵਾ ਫੜਾਉਣ, ਕੋਈ ਸਿੱਖ ਦੇ ਲਈ ਕੰਮ ਕਰ ਸਕੀਏ, ਹਿੰਦੂ ਰਾਜ ਦੇ ਲਈ ਅਸੀਂ ਕਿਸੇ ਵੀ ਤਰ੍ਹਾਂ ਨਹੀਂ ਚਾਹੁੰਦੇ। ਸੋਵੀਅਤ ਰੂਸ, ਬਰਤਾਨੀਆ, ਇੰਡੀਆ ਦੀ ਫੌਜ ਟੈਂਕ ਤੋਪਾਂ ਦੇ ਨਾਲ 72 ਘੰਟੇ ਮੋਰਚਾ ਨੀਚੇ ਛੱਡਿਆ। ਬਹੱਤਰ ਘੰਟੇ ਤੋਂ ਬਾਅਦ ਜਿੱਥੇ ਦੋ ਨਿਸ਼ਾਨ ਸਾਹਿਬ ਹੈ ਅਕਾਲ ਤਖ਼ਤ ਸਾਹਿਬ ਦੇ ਅੱਗੇ, ਉਹਨਾਂ ਦੇ ਵਿਚਕਾਰ ਆ ਕੇ ਆਪਣਾ ਸਰੀਰ ਛੱਡਿਆ। ਉਹਨਾਂ ਦੇ ਸਰੀਰ ਦੇ ਵਿੱਚ 72 ਗੋਲੀਆਂ ਲੱਗੀਆਂ ਹੋਈਆਂ ਸੀ। ਸੋ ਐਵੀਂ ਨਾ ਸਮਝਿਓ ਦਰਬਾਰ ਸਾਹਿਬ ਨੂੰ, ਸਾਡੇ ਧਰਮ ਨੂੰ, ਸੰਤ ਜਰਨੈਲ ਸਿੰਘ ਨੂੰ, ਜੇ ਉਸਨੇ ਕਹਿਤਾ ਖਾਲਿਸਤਾਨ ਬਣੂਗਾ, ਉਹਦੇ ਉੱਤੋਂ ਦੀ ਸ਼ਹਾਦਤ ਦੇਤੀ, ਫਿਰ ਕੋਈ ਮਾਂ ਦਾ ਨਾਮ ਨਹੀਂ ਹੈ ਜਿਹੜਾ ਖਾਲਿਸਤਾਨ ਨੂੰ ਰੋਕ ਦੂਗਾ। ਸੋ ਮਹਾਰਾਜ ਕਹਿ
ਕਹਿੰਦੇ ਨਿਸ਼ਚੇ ਕਰ ਆਪਣੀ ਜੀਤ ਕਰੂੰ ਦਸਵੇਂ ਪਾਤਸ਼ਾਹ। ਮੈਂ ਤਾਂ ਤੁਹਾਨੂੰ ਕਹਿ ਹੀ ਸਕਦਾ ਤੇ 12 ਫਰਵਰੀ ਨੂੰ ਅਗਲੇ ਮਹੀਨੇ ਸੰਤਾਂ ਦਾ ਜਨਮ ਦਿਨ ਫਤਿਹਗੜ੍ਹ ਸਾਹਿਬ ਮਨਾਇਆ ਜਾ ਰਿਹਾ। ਬੜੀ ਧੂਮ ਧਾਮ ਦੇ ਨਾਲ ਉੱਥੇ ਜ਼ਰੂਰ ਆਇਓ ਤੇ ਅਰਦਾਸ ਦੇ ਵਿੱਚ ਸ਼ਾਮਿਲ ਹੋਇਓ। ਟਾਈਮ ਮੈਂ ਜ਼ਿਆਦਾ ਲੈ ਲਿਆ, ਮੈਂ ਮਾਫ਼ੀ ਮੰਗਦਾ ਔਰ ਆਸ ਕਰਦਾ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਦੇਖ ਰਹੇ ਹੋ ਪਟਿਆਲਾ ਟੀਵੀ, ਪਟਿਆਲਾ ਟੀਵੀ ਜੋੜੇ ਆਪ ਜੀ ਨੂੰ ਸੋਹਣੇ ਪੰਜਾਬ ਅਤੇ ਦੇਸ਼ ਨਾਲ। ਹਮੇਸ਼ਾ ਦੇਖਦੇ ਰਹੋ ਪਟਿਆਲਾ ਟੀਵੀ।